ਮੇਰਾ ਨਾਮ ਅਮਨ ਵਾ, ਮੇਰੇ ਹਸਬੈਂਡ ਵਾ, ਹਾਂਜੀ ਉਹਨਾਂ ਦਾ ਨਾਂ ਵਿਕਰਮਜੀਤ ਆ। ਘਰੋਂ ਰੋਟੀ ਖਾ ਕੇ ਕੰਮ 'ਤੇ ਗਏ ਆ, ਸ਼ਾਮ ਨੂੰ ਉਹ ਘਰ ਨਹੀਂ ਆਏ ਗੇ, ਦਿਹਾੜੀ ਲਾ ਕੇ ਤੋਂ ਬਾਅਦ ਜਲੇਬੀਆਂ ਵਾਲੇ ਚੌਂਕ ਉਤਰ ਗਏ। ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਗਾ, ਅੱਜ 15 ਦਿਨ ਹੋ ਗਏ ਆ, ਪਤਾ ਨਹੀਂ ਉਹਨਾਂ ਦਾ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ। ਨਹੀਂ ਕੋਈ ਲੜਾਈ ਝਗੜਾ ਨਹੀਂ ਸਾਡਾ ਕਿਸੇ ਨਾਲ, ਕੋਈ ਲਾਗ ਡਾੜ ਨਹੀਂ ਕਿ ਹਾਂਜੀ ਹੱਸਦੇ ਖੇਡਦੇ ਕੰਮ 'ਤੇ ਗਏ ਆ, ਕੋਈ ਘਰੇ ਨਹੀਂ ਕਿਸੇ ਨਾਲ ਬੋਲਚਾਲ ਹੋਈ ਆ। ਹਾਂਜੀ ਡੈਡੀ ਉਹਨਾਂ ਕੰਮ 'ਤੇ ਗਏ ਬਸ, ਬਸ ਸ਼ਾਮ ਨੂੰ ਘਰ ਨਹੀਂ, ਉਹਨਾਂ ਨੂੰ ਪਤਾ ਕਿਤੇ ਜਲੇਬੀਆਂ ਵਾਲੇ ਚੌਂਕ ਉਤਰਿਆ, ਉਦੋਂ ਬਾਅਦ ਘਰ ਨਹੀਂ ਹੋਏ ਗਏ। ਅੱਜ 15 ਦਿਨ ਹੋ ਗਏ ਉਹਨਾਂ ਨੂੰ ਘਰੋਂ ਗਿਆ। ਹਾਂਜੀ ਅਸੀਂ ਸਾਰੇ ਰਿਸ਼ਤੇਦਾਰਾਂ 'ਚ ਫੋਨ ਕੀਤੇ, ਉਹ ਤਾਂ ਆ ਹੀ ਤੜਕੇ ਸਵੇਰ ਨੂੰ ਸਾਰੀ ਰਾਤ ਵੀ ਲੱਗਦੇ ਰਹੇ ਤੜਕੇ, ਫਿਰ ਅਸੀਂ 4 ਵਜੇ ਉੱਠ ਕੇ, ਮੇਰੇ ਸਹੁਰਾ ਹੋਣੀ ਅਤੇ ਮੇਰੀਆਂ ਨਨਾਨਾ, ਅਸੀਂ ਚਾਰੇ ਲੱਭਣ ਗਿਆ ਸ਼ਹਿਰੋਂ ਬਟਾਲੇ, ਸਾਨੂੰ ਕਿਤੇ ਨਹੀਂ ਲੱਭੀ, ਅਸੀਂ ਥਾਕਾ ਅੰਬਲ ਕੇ ਘਰੇ ਆ ਗਏ। ਅਸੀਂ ਸਵੇਰ ਨੂੰ ਪੁਲਿਸ ਕੋਲ ਗਿਆ ਕੋਟਲੇ, ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ, ਅਤੇ ਉਹ ਕਹਿੰਦੇ ਸਿਰ 'ਚ ਹੋਣੀ ਆ, ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ। ਅੱਜ 15 ਦਿਨ ਹੋ ਗਏ ਲਾਪਤਾ ਹੋਇਆ। ਰੋਟੀ ਲੈ ਕੇ ਗਿਆ ਵਾ, ਉੱਥੋਂ ਕੰਮ ਕਰਕੇ ਆਇਆ ਵਾ, ਸ਼ਾਮਾਂ ਨੂੰ 6 ਵਜੇ ਉਤਰਿਆ ਉੱਥੋਂ, ਉਦੋਂ ਬਾਅਦ ਮੁੜ ਕੇ ਪਤਾ ਲੱਗਾ ਥੋੜ੍ਹਾ ਬਹੁਤ ਵੀ ਇੱਥੇ ਆ ਗਿਆ ਵਾ ਮਾਨ ਨਗਰ। ਮਾਨ ਨਗਰੋਂ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਬੰਦਾ ਹੈਗਾ। ਕੰਮ ਲੇਬਰ ਦਾ ਕੰਮ ਕਰਦਾ ਜੀ, ਦੋਵੇਂ ਪਿਓ ਪੁੱਤ ਅਸੀਂ ਲੇਬਰ ਦਾ ਕੰਮ ਕਰਦੇ ਹਾਂ, ਦਿਹਾੜੀ ਲਾ ਕੇ ਆਣ ਕੇ ਘਰ ਲੈ ਚਲਾਉਂਦੇ ਹਾਂ। ਪੁਲਿਸ ਨੂੰ ਸ਼ਿਕਾਇਤ ਵੀ ਲਗਾਈ ਆ, ਅੱਜ 15 ਦਿਨ ਹੋ ਗਏ ਆ, ਕੁਛ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ, ਕੁਛ ਜਿਹੜੇ ਬੰਦੇ ਫੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ। ਉਹ ਬਿਆਨ ਵੀ ਦਿੰਦੇ ਆ ਵੀ ਇਹ ਸ਼ੇਰਾ ਮਾਲ ਆ, ਉਹ ਸਕੂਟਰੀ 'ਤੇ ਬਾਲ ਕੇ ਲੈ ਕੇ ਗਿਆ ਵਾ, ਪਤਾ ਨਹੀਂ ਕਿੱਧਰ ਲੈ ਕੇ ਗਿਆ ਕਿੱਧਰ ਨਹੀਂ ਲੈ ਕੇ ਗਿਆ। ਸਾਨੂੰ ਇਹ ਚਾਹੀਦਾ, ਨਿਸ਼ਾਬ ਚਾਹੀਦਾ ਵੀ ਇਹਦੇ ਕੋਲ ਪੁੱਛੋ, ਇਹਨੂੰ ਫੜ ਵੀ ਸਕਦੀ ਆ ਪੁਲਿਸ, ਪੁਲਿਸ ਇਹ ਤਪਾਲ 'ਚੋਂ ਬੰਦਾ ਕੱਢ ਸਕਦੀ ਆ, ਇਹ ਕਿਉਂ ਨਹੀਂ ਇਹਨਾਂ ਨੂੰ ਬੰਦਾ ਫੜਿਆ ਨਹੀਂ ਜਾਂਦਾ ਇਹਨਾਂ ਨੂੰ। ਸਾਡੇ ਬੰਦੇ ਦਾ ਥੋੜ੍ਹਾ ਬਹੁਤਾ ਪਤਾ ਲੱਗਣਾ ਚਾਹੀਦਾ ਕਿ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ, ਸਾਨੂੰ ਇਹਦੇ ਨਿਸ਼ਾਬੀ ਇਹਦੇ ਕੋਲ ਮਿਲਣੀ ਚਾਹੀਦੀ ਹੈ ਨਾ, ਵੀ ਇਹਨੂੰ ਛੇਤੀ ਤੋਂ ਛੇਤੀ ਇਹਨੂੰ ਫੜਨਾ ਚਾਹੀਦਾ ਪੁਲਿਸ ਨੇ ਚਾਹੀਦਾ ਵਾ। ਹਾਂਜੀ ਸਾਡੀ ਜੀ ਹਜੇ ਪਹਿਲੇ ਸਾਡਾ 15 ਮਹੀਨੇ ਹੋ ਗਏ ਬੱਚਾ ਸਾਡਾ ਮਾਰਿਆ ਗਿਆ ਵਾ, ਕਿਸੇ ਨੇ ਉਹਨੂੰ ਵੀ ਮਾਰਿਆ ਵਾ, ਉਹਦੇ ਬਾਰੇ ਵੀ ਅਸੀਂ ਪੁਲਿਸ ਕੋਲ SSP ਕੋਲ ਜਿੱਥੋਂ ਮਰਜ਼ੀ ਘੁੰਮਦੇ ਫਿਰਦੇ ਰਹੇ ਹਾਂ, ਉਹਦਾ ਵੀ ਕੋਈ ਸਾਨੂੰ ਨਿਸ਼ਾਬ ਨਹੀਂ ਮਿਲਿਆ ਉਹਦਾ। ਉਹ ਦੋਸ਼ੀ ਵੀ ਹੈਗੇ ਧਾਰੀਵਾਲ ਦੇ ਦੋਸ਼ੀ ਕੁੰਡੇ ਦੇ, ਉਹਨਾਂ ਮਾਰਿਆ, ਤਿੰਨਾਂ ਪਿਓ ਪੁੱਤਾਂ ਨੇ ਮਾਰਿਆ ਉਹਨੂੰ। ਹੁਣ ਸਾਨੂੰ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਨੂੰ ਜੇ ਕਿਤੇ ਵੀ ਹੈਗਾ ਵਾ ਸਾਨੂੰ ਕੋਈ ਲੱਭ ਕੇ ਕੋਈ ਪਤਾ ਕਰਕੇ, ਜਿੱਦਾਂ ਦਾ ਵੀ ਹੈਗਾ ਸਾਨੂੰ ਬੱਚਾ ਬੱਚਾ ਸਾਨੂੰ ਚਾਹੀਦਾ ਵਾ, ਦੇਣਾ ਚਾਹੀਦਾ ਵਾ। ਇਹਦੇ ਵਿੱਚ ਸਾਨੂੰ ਨਿਸ਼ਾਬੀ ਚਾਹੀਦੀ ਆ, ਪੁਲਿਸ ਸਾਨੂੰ ਨਿਸ਼ਾਬੀ ਦੇਣੀ ਚਾਹੀਦੀ। ਅਸੀਂ ਇਹ ਚੱਕਰ ਮਾਰ ਮਾਰ ਕੇ ਘੁੰਮ ਫਿਰ ਕੇ ਪੁਲਿਸ ਕੋਲ ਆ ਜਾਂਦੇ ਹਾਂ, ਕੁਛ ਨਹੀਂ ਸਾਨੂੰ ਦੱਸ ਰਹੀ ਪੁਲਿਸ ਵੀ ਇਹ ਬੰਦਾ ਨਹੀਂ ਹੈਗਾ ਵਾ ਕਿ ਨਹੀਂ ਹੈਗਾ। ਭੁੱਖੇ ਪਿਆਏ ਘਰ ਘਰੋਂ ਆ ਗਏ ਆ, 15 ਦਿਨ ਹੋ ਗਏ ਆ ਘਰ ਉਹਦੇ ਮਗਰ ਭੱਜੇ ਫਿਰਦੇ ਹਾਂ, ਹੁਣ ਘਰ ਇਹਦੇ ਵਿੱਚ ਕਿੱਦਾਂ ਚੱਲੂਗਾ ਸਾਡਾ ਜੀ, ਜੇ ਅਸੀਂ 15 ਦਿਨ ਦੇ ਵਿੱਚ ਇੱਥੇ ਉਹਦੇ ਮਗਰ ਭੱਜੇ ਫਿਰਦੇ ਹਾਂ, ਸਾਨੂੰ 15 ਦਿਨ ਦੇ ਵਿੱਚ ਹਜੇ ਕੋਈ ਨਿਸ਼ਾਬ ਨਹੀਂ ਮਿਲਿਆ, ਅਤੇ ਮਿਲਣਾ ਕਦੋਂ ਆ ਜੀ? ਨਸ਼ਾ ਪੱਤਾ ਕਰਦਾ ਸੀ ਇਹ, ਥੋੜ੍ਹਾ ਨਸ਼ਾ ਪੱਤਾ ਕਰਦਾ ਸੀ, ਅਸੀਂ ਇਹ ਨਹੀਂ ਆਉਂਦੇ ਵੀ ਨਸ਼ਾ ਪੱਤਾ ਨਹੀਂ ਕਰਦਾ। ਉੱਥੇ ਬੰਦਿਆਂ ਦੀ ਪਿਕਚਰ ਵੀ ਇਹਦੀ ਬਣਾਈ ਆ, ਬੰਦਾ ਜੀਂਦਾ ਵਾ ਉੱਥੇ ਬੈਠਾ ਵਾ ਕੰਧ ਦੇ ਨਾਲ ਲੱਗ ਕੇ, ਪਾਣੀ ਤਾਂ ਪਿਆਇਆ ਵਾ, ਬਲ ਗੱਲਬਾਤ ਕਰ ਰਿਹਾ, ਉਦੋਂ ਬਾਅਦ ਪਤਾ ਨਹੀਂ ਲੱਗਾ ਵੀ ਇਹ ਸ਼ੇਰਾ ਮਾਲ ਕਿੱਧਰ ਲੈ ਗਿਆ ਕਿੱਧਰ ਨਹੀਂ ਲੈ ਗਿਆ, ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਹਾ। ਇਹਦੇ ਬਾਰੇ ਪੁਲਿਸ ਨਹੀਂ ਸਾਨੂੰ ਕੋਈ ਦੱਸ ਰਹੀ ਵੀ ਸਾਨੂੰ ਨਿਸ਼ਾਬੀ ਚਾਹੀਦੀ ਆ, ਪੁਲਿਸ ਨੂੰ ਚਾਹੀਦਾ ਨਿਸ਼ਾਬੀ ਮਿਲਣੀ ਚਾਹੀਦੀ ਆ। ਇੱਕ ਨਾ
ਅਰਜਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਅਹਿਮਦਾਬਾਦ, ਉਹਨੇ ਆਪਣੇ ਮਾਨਯੋਗ SSP ਸਾਹਿਬ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ, ਜਿਹਦੇ ਵਿੱਚ ਉਹਨੇ ਦੋਵਾਂ ਬੰਦਿਆਂ ਦਾ ਨਾਂ ਜਿਹੜਾ ਉਹ ਨੋਮੀਨੇਟ ਕੀਤਾ ਹੈ। ਇੱਕ ਤਾਂ ਸ਼ੇਰਾ ਹਸਨਪੁਰੀਆ, ਇੱਕ ਅਹਿਮਦਾਬਾਦ ਦਾ ਯੋਗਨ, ਅਤੇ ਇਹਨਾਂ ਨਾਲ ਮੇਰੇ ਮੁੰਡੇ ਦੀ ਮਿੱਤਰਤਾ ਵਿੱਕੀ ਦੀ, ਅਤੇ ਜਿਹੜਾ ਉਹ ਘਰੋਂ ਗਿਆ 1 ਤਰੀਕ ਨੂੰ ਅਤੇ ਉਹ ਵਾਪਸ ਘਰ ਨਹੀਂ ਆਇਆ, ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ। ਉਹਦੀ ਦਰਖਾਸਤ ਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਬਣਦੀ ਕਾਰਵਾਈ ਸੀ, ਮੁਕੱਦਮਾ ਨੰਬਰ 192/9724/127 BNS ਦੇ ਤਹਿਤ ਜਿਹੜਾ ਉਹ ਦਰਜ ਕਰ ਲਿਆ ਸੀ ਉਹਨਾਂ ਦੋਵਾਂ ਮੁੰਡਿਆਂ ਦੇ ਖਿਲਾਫ, ਸ਼ੇਰਾ ਹਸਨਪੁਰੀਆ ਅਤੇ ਜੋਬਨ ਦੇ ਅਹਿਮਦਾਬਾਦ ਦੇ ਖਿਲਾਫ। ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ, ਜਿਹਨਾਂ ਜਿਹਨਾਂ ਦਾ ਵੀ ਉਹ ਨਾਂ ਲੈਂਦੇ ਰੋਏ ਅਸੀਂ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਸਖਤੀ ਨਾਲ ਕਰ ਰਹੇ ਹਾਂ, ਅਤੇ ਆਸ ਹੈ ਸਾਡਾ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ, ਜਲਦੀ ਤੋਂ ਜਲਦੀ ਅਸੀਂ ਇਸ ਨੂੰ ਜਿਹੜਾ ਉਹਦੇ ਬੱਚੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ। ਨਹੀਂ, ਅਜੇ ਤੱਕ ਇਹੋ ਜਿਹੀ ਗੱਲ ਕੋਈ ਸਾਹਮਣੇ ਨਹੀਂ ਆਈ, ਪਰ ਲੇਕਿਨ ਜਿਉਂ ਜਿਉਂ ਤਫਤੀਸ਼ ਚੱਲਦੀ ਹੈ, ਜੇ ਇਨ ਫਿਊਚਰ ਕੋਈ ਤੱਤ ਸਾਹਮਣੇ ਆਉਂਦੇ ਨੇ ਤਾਂ ਜ਼ਰੂਰ ਉਹਦੇ ਆਧਾਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਵੇ।